ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ 'ਚ। ਧਾਰਨੀ ਸਾਹਿਬ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਹਿੰਦੇ ਸੀ ਕਿ ਇਹ ਰਾਮ ਰਾਜ ਲੈ ਕੇ ਆ ਜਾਣ। ਰਾਮ ਰਾਜ ਤਾਂ ਤੁਹਾਡੀ ਭਾਰਤੀ ਜਨਤਾ ਪਾਰਟੀ ਲਿਆ ਰਹੀ ਹੈ, ਉਹਨਾਂ ਨੇ ਅਕਾਲੀ ਦਲ ਨੂੰ ਵੀ ਰਾਮ ਰਾਜ ਦੀ ਆਦਤ ਪਾ ਦਿੱਤੀ ਹੈ, ਪਰ ਪੰਜਾਬ 'ਚ ਰਾਮ ਰਾਜ ਦੀ ਲੋੜ ਨਹੀਂ ਹੈਗੀ। ਪੰਜਾਬ 'ਚ ਲੋੜ ਹੈਗੀ ਹੈ ਬਿਲਕੁਲ ਇਮਾਨਦਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਕਰਨ ਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਰੋ, ਤੁਹਾਡਾ ਵੀ ਰਾਜ, ਤੁਹਾਡੇ ਰਾਜ, ਇਹ ਤਾਂ ਸੱਚ ਹੈ। ਹੁਣ ਮਹਾਰਾਜਾ ਦਾ ਵਾਪਸ ਨਹੀਂ ਆਉਣਾ, ਪਰ ਕਮ ਸੇ ਕਮ ਇਮਾਨਦਾਰੀ ਨਾਲ ਜੇ ਮਾੜਾ ਮੋਟਾ ਜੇ ਕੰਮ ਕਰੇ ਕੋਈ ਵੀ ਸਰਕਾਰ, ਤਾਂ ਇਹ ਨਹੀਂ ਕਿ ਮਸਲੇ ਹੱਲ ਨਹੀਂ ਹੋ ਸਕਦੇ। ਪਰ ਮੌਜੂਦਾ ਸਮੇਂ 'ਚ ਤੁਸੀਂ ਜੋ ਮਰਜ਼ੀ ਦਾਅਵੇ ਕਰ ਜਾਓ, ਕਾਂਗਰਸ ਕਰੀ ਜਾਵੇ, ਅਕਾਲੀ ਕਰੀ ਜਾਣ, ਪਰ ਤਰਾਈ ਤਰਾਈ ਪੰਜਾਬ ਦੇ 'ਚ ਜੋ ਹੋ ਰਹੀ ਹੈ ਉਹ ਸਾਰੇ ਜਾਣਦੇ ਹੈ। ਜੇ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਪਈ ਹੋਈ ਹੈ ਤਾਂ ਇਹਦੇ ਬੜੇ ਜਿਹੜੇ ਹੈਗੇ ਸਪਸ਼ਟ ਕਾਰਨ ਹੈਗੇ ਆ। ਦੋ ਕਾਰਨ ਤਾਂ ਜਿਹੜੇ ਆ ਬਿਲਕੁਲ ਹੀ ਸਾਫ ਜ਼ਾਹਰ ਹੁੰਦੇ ਆ, ਔਰ ਇਹ ਸਭ ਤੋਂ ਵੱਡਾ ਜਿਹੜਾ ਹੈਗਾ ਇੱਕ ਤਰ੍ਹਾਂ ਆਪਾਂ ਜੇ ਕਹਿ ਲਈਏ ਤਾਂ ਇਹ ਚੈੱਕ ਹੈ ਸਰਕਾਰਾਂ ਦੇ ਉੱਪਰ, ਸਰਕਾਰਾਂ ਦੇ ਕੰਮਕਾਜਾਂ ਦੇ ਉੱਪਰ, ਕਿ ਜੇ ਜਵਾਨੀ ਨਸ਼ਿਆਂ 'ਚ ਪਈ ਹੈ ਤਾਂ ਉਹਦੇ ਪਿੱਛੇ ਇੱਕ ਆਰਥਿਕ ਮੰਦਹਾਲੀ ਹੈ, ਬੇਰੁਜ਼ਗਾਰੀ ਹੈਗੀ ਉਹਦੇ ਕਰਕੇ, ਔਰ ਦੂਸਰਾ ਜਿਹੜਾ ਹੈਗਾ ਉਹ ਬੇਯਕੀਨੀ ਹੈ ਸੂਬੇ ਦੇ ਵਿੱਚ, ਇਸ ਕਰਕੇ ਫਰਸਟ੍ਰੇਸ਼ਨ ਆ ਨੌਜਵਾਨਾਂ ਦੇ ਵਿੱਚ। ਅਮਰਿੰਦਰ ਸਿੰਘ ਜੀ ਤੁਸੀਂ ਸਹਿਮਤ ਹੋ ਕੇ ਨਹੀਂ? ਮਦਨਦੀਪ ਜੀ ਦੇਖੋ, ਬਿਲਕੁਲ ਜਿਹੜੀ ਦੋ ਪੁਆਇੰਟ ਤੁਸੀਂ ਰੇਜ਼ ਕੀਤੇ ਆ ਬਿਲਕੁਲ ਵਾਜਬ ਪੁਆਇੰਟ ਹੈ। ਇਹੀ ਥਰਮਾਮੀਟਰ ਹੈ ਕਿ ਕਿੰਨੀ ਕੁ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ ਅਤੇ ਕਿੰਨੀ ਕੁ ਖੁਸ਼ਹਾਲੀ ਪੰਜਾਬ ਦੇ ਵਿੱਚ ਹੈਗੀ ਹੈ। ਬੇਵਸੀ ਦੇ ਵਿੱਚ ਮਾਂ ਬਾਪ ਜਿਹੜੇ ਆ ਆਪਣੀ ਜਾਇਦਾਦ ਵੇਚ ਕੇ ਵੀ, ਆਪਣਾ ਢਿੱਡ ਬੰਨ੍ਹ ਕੇ ਵੀ, ਆਪਣੀ ਰੋਟੀ ਟੁੱਕ ਦੇ ਵਿੱਚੋਂ ਵੀ ਕੁਛ ਬਚਾ ਕੇ ਉਹ ਕਹਿ ਰਹੇ ਹੈ ਕਿ ਵੀ ਸਾਡਾ ਬੱਚਾ ਜਿਹੜਾ ਕਿਸੇ ਤਰੀਕੇ ਨਾਲ ਇੱਥੋਂ ਆਈਲੈਟਸ ਕਰੇ ਅਤੇ ਇੱਥੋਂ ਬਾਹਰ ਚਲਾ ਜਾਏ। ਸੋ ਐਡਾ ਵੱਡਾ ਬ੍ਰੇਨ ਡਰੇਨ ਜਿਹੜਾ ਹੈਗਾ, ਅੰਕੜੇ ਕਹਿ ਰਹੇ ਹੈ ਕਿ 1.5 ਲੱਖ ਤੋਂ ਵੱਧ ਪਲੱਸ 2 ਕਰਕੇ ਬੱਚਾ ਆਈਲੈਟਸ ਕਰਕੇ ਬਾਹਰ ਜਾ ਰਿਹਾ ਹੈ। ਅਤੇ ਦੋਨੋਂ ਸਰਕਾਰਾਂ, ਅਕਾਲੀ ਦਲ ਦੀ ਸਰਕਾਰ, BJP ਦੀ ਸਰਕਾਰ ਲੈ ਲਈਏ ਭਾਵੇਂ ਕਾਂਗਰਸ ਦੀ ਲੈ ਲਈਏ, ਉਹ ਆਪਣੇ ਆਪਣੇ ਜਿਹੜੇ ਦਾਅਵੇ ਠੋਕੀ ਜਾ ਰਹੇ ਹੈ ਕਿ ਅਸੀਂ ਇਹ ਕਰਤਾ, ਅਸੀਂ ਉਹ ਕਰਤਾ, ਲੇਕਿਨ ਜਿਹੜੀ ਗਰਾਊਂਡ ਦੇ ਉੱਪਰ ਸਿਚੁਏਸ਼ਨ ਹੈ ਉਹ ਬੜੀ ਦਰਦਨਾਕ ਹੈ। ਪੰਜਾਬ ਦਾ ਜਿਹੜਾ ਯੂਥ ਹੈ, ਨਵੀਂ ਨੌਜਵਾਨੀ ਹੈ, ਉਹ ਦਰਦਨਾਕ ਸਮੇਂ ਦੇ ਵਿੱਚੋਂ ਜਿਹੜੀ ਹੈ ਲੰਘ ਰਹੀ ਹੈ। ਉਹਨਾਂ ਦਾ ਦਰਦ ਬਿਆਨ ਕਰਨ ਵਾਲਾ ਕੋਈ ਨਹੀਂ ਹੈ, ਉਹਨਾਂ ਦੇ ਦਰਦ ਨੂੰ ਸੱਚ ਮੰਨਣ ਵਾਲਾ ਹੀ ਕੋਈ ਨਹੀਂ ਹੈ। ਇਹ ਉਸਨੂੰ ਝੁਠਲਾ ਕੇ ਕਹੀ ਜਾ ਰਹੇ, ਅਸੀਂ ਬਹੁਤ ਕੁਛ ਕਰ ਰਹੇ ਹਾਂ। ਹਕੀਕਤ ਇਹ ਹੈ ਕਿ ਇਹ ਕੁਛ ਵੀ ਨਹੀਂ ਕਰ ਰਹੇ। ਇਹ ਦੋਵੇਂ ਜਿਹੜੇ ਹੈਗੇ ਆ ਇਹਨਾਂ ਨੇ ਆਪਣਾ ਆਪਣਾ ਜਿਹੜਾ ਪੁਆਇੰਟ ਆਫ ਵਿਊ ਦੇ ਨਾਲ ਆਪਣੇ ਆਪਣੇ ਹਿਸਾਬ ਦੇ ਨਾਲ ਕਰਪਸ਼ਨ ਕੀਤੀ ਆ ਜਾਂ ਮਿਸਮੈਨੇਜਮੈਂਟ ਕੀਤੀ, ਜੋ ਕੁਛ ਵੀ ਕੀਤਾ ਇਹਨਾਂ ਨੇ ਕੀਤਾ, ਲੇਕਿਨ ਹਕੀਕਤ ਇਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹ ਬਹੁਤ ਹੀ ਉਹਨਾਂ ਦੀ ਤੋਬਾ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਮਤਲਬ ਨਜਾਤ ਦਿਵਾਉਣ ਦੀ ਬਹੁਤ ਸਖਤ ਲੋੜ ਹੈ। ਅਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਅਪੋਜੀਸ਼ਨ ਅਤੇ ਜਿਹੜੀ ਰੂਲਿੰਗ ਪਾਰਟੀ ਦੋਵੇਂ ਰਲ ਕੇ ਕੋਈ ਨਾ ਕੋਈ ਹੱਲ ਕੱਢਣ। ਘੱਟੋ ਘੱਟ ਜਿਹੜਾ ਨਸ਼ੇ ਦੇ ਵਿੱਚ ਜਿਹੜਾ ਬੱਚਾ ਜਿਹੜਾ ਗਰਕ ਹੋ ਰਿਹਾ, ਉਸ ਨੂੰ ਕੁਛ ਨਾ ਕੁਛ ਦਿਖਾਉਣ ਕਿ ਵੀ ਅਸੀਂ ਤੇਰੇ ਜੀਵਨ ਲਈ ਆਹ ਚਾਨਣਾ ਤੈਨੂੰ ਦਿਖ ਰਿਹਾ, ਤੂੰ ਘੱਟੋ ਘੱਟ ਆਪਣਾ ਜਿਹੜਾ ਖੁਸ਼ਹਾਲ ਜੀਵਨ ਜੀ ਸਕਦਾ, ਇਸ ਕਰਕੇ ਅਸੀਂ ਤੂੰ ਸਾਨੂੰ ਵੋਟ ਪਾਈਏ। ਇੰਨਾ ਹੀ ਕਹਿ ਦੇਣ ਕਿ ਤੂੰ ਸਾਨੂੰ ਵੋਟ ਪਾਈਏ, ਅਸੀਂ ਤੈਨੂੰ ਆਹ ਜੀਵਨ ਦੇ ਰਹੇ ਹਾਂ ਖੁਸ਼ਹਾਲੀ ਦਾ, ਲੇਕਿਨ ਇੰਨਾ ਵੀ ਨਹੀਂ ਹੋ ਰਿਹਾ। ਸੋ ਇਹ ਦਰਦਨਾਕ ਸਿਚੁਏਸ਼ਨ ਦੇ ਵਿੱਚੋਂ ਪੰਜਾਬ ਨਿਕਲ ਰਿਹਾ, ਇਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਅੰਕੜਿਆਂ ਨੂੰ ਪਿੱਛੇ ਰੱਖਣ ਅਤੇ ਗਰਾਊਂਡ ਰਿਐਲਿਟੀ ਦੇ ਉੱਪਰ ਆ ਕੇ ਇਹ ਕੰਮ ਕਰਨ। ਸੁਖਦੇਵ ਸਿੰਘ ਜੀ, ਜਿਹੜੀ ਗੱਲ ਅਮਰਿੰਦਰ ਸਿੰਘ ਜੀ ਕਹਿ ਰਹੇ ਆ, ਦੂਜੇ ਪਾਸੇ ਜਿਹੜੀ ਰਿਪੋਰਟ ਹੈ ਗਵਰਨਮੈਂਟ ਆਫ ਇੰਡੀਆ ਦੀ, ਜਿਹੜੀ ਸਰਵੇ ਰਿਪੋਰਟ ਹੈ, ਉਹਨੂੰ ਤੁਸੀਂ ਜੇ ਰੱਦ ਕਰ ਰਹੇ ਹੋ ਤਾਂ ਇਹਦੇ ਕਾਰਨ ਕੀ ਹੈਗੇ? ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ਼ ਕੇਂਦਰ ਸਰਕਾਰ ਸਾਜਿਸ਼ ਕਰ ਰਹੀ ਹੈ ਔਰ ਇਹ ਸਾਜਿਸ਼ ਸ਼੍ਰੋਮਣੀ ਅਕਾਲੀ ਦਲ ਕਰਵਾ ਰਹੀ ਹੈ? ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਅਮਲੀ ਰੂਪ 'ਚ ਤੁਹਾਨੂੰ ਨਜ਼ਰ ਆ ਰਹੀ ਹੈ, ਆ ਰਿਹਾ ਪੰਜਾਬ ਦੇ ਅੰਦਰ? ਪੰਜਾਬ 'ਚ ਜਿਹੜੇ ਤੁਸੀਂ ਪ੍ਰੋਗਰਾਮ ਲੈ ਕੇ ਆਏ ਸੀ, ਜਿਹੜਾ ਤੁਹਾਡਾ ਮੈਨੀਫੈਸਟੋ ਸੀ, ਉਹਨੂੰ ਤੁਸੀਂ ਅਮਲ 'ਚ ਲਿਆਂਦਾ ਆ ਔਰ ਤੁਸੀਂ ਪੰਜਾਬ ਨੂੰ ਖੁਸ਼ਹਾਲੀ ਦਾ ਰਾਹ ਲੈ ਕੇ ਜਾ ਰਹੇ ਹੋ, ਜੇ ਤੁਸੀਂ ਇਹ ਦਾਅਵੇ ਪੇਸ਼ ਕਰਨੇ ਹੋਣ ਸੱਚਾਈ ਦੇ ਵਿੱਚ ਤਾਂ ਤੁਸੀਂ ਕਿਵੇਂ ਪੇਸ਼ ਕਰੋਗੇ ਔਰ ਆਧਾਰ ਕੀ ਹੈ ਤੁਹਾਡੇ ਕੋਲ ਅੰਕੜੇ ਰੱਦ ਕਰਨ ਦਾ? ਮੈਂ ਨਾ ਇੱਕ ਮਦਨਦੀਪ ਜੀ, ਮੇਰੀ ਇੱਕ ਬੇਨਤੀ ਹੈ ਤੁਹਾਨੂੰ ਜੀ, ਵੀ ਕੁਛ ਮੁੱਦੇ ਉਠਾਏ ਨੇ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿਉਂਕਿ ਇਹ ਮੇਰੇ ਵੀਰ ਜੀ ਨੂੰ ਆਦਤ ਹੈ, ਤੁਸੀਂ ਅਕਾਲੀ ਦਲ ਨੂੰ ਵੀ ਆਦਤ ਹੈ, BJP ਨੂੰ ਝੂਠ ਬੋਲਦਾ। ਮੈਂ ਤਾਂ ਇਹਨੂੰ ਝੂਠ ਬੋਲਦਾ ਤਾਂ ਨਹੀਂ ਕਹੂੰਗਾ ਸ਼ਬਦ, ਕਿਉਂਕਿ ਝੂਠ ਸ਼ਬਦ ਬਹੁਤਾ ਵਧੀਆ ਸ਼ਬਦ ਨਹੀਂ, ਕਿਉਂਕਿ ਕੋਈ ਸਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿਸੇ ਨੂੰ ਅਸੀਂ ਝੂਠਾ ਕਰਾਰ ਦੇਣ ਦਾ। ਮੈਂ ਇਹ ਗੱਲ ਕਹਿ ਸਕਦਾ ਵੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਤੱਥਾਂ ਤੋਂ ਪਰੇ ਹੈ। ਮੈਂ ਇਹ ਗੱਲ ਕਹਿ ਕੇ ਆਪਣੀ ਗੱਲ ਸ਼ੁਰੂ ਕਰਨ ਜਾ ਰਿਹਾ, ਕਿਉਂਕਿ ਜੇ ਆਪਾਂ ਗੱਲ ਕਰੀਏ ਨਾ, ਦੇਖੋ ਸਾਫ਼ ਗੱਲ ਹੈਗੀ ਹੈ, ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੀਏ ਤਾਂ ਤੱਥ ਬਿਲਕੁਲ ਸਾਹਮਣੇ ਪਏ ਆ।
ਤੁਹਾਡੇ ਸਮੇਂ ਤੇ ਵੀ ਜਾਂ ਜਦੋਂ ਨਹੀਂ ਮੈਂ ਹੁਣ ਤੱਥਾਂ ਦੀ ਗੱਲ ਕਰ ਲੈਂਦੇ ਹਾਂ ਇੱਕ ਮਿੰਟ ਕੀ ਮੈਨੂੰ ਤਾਂ ਇਹ ਇੱਕ ਗੱਲ ਦੀ ਗਰੰਟੀ ਕਰਦੇ ਆ ਮੇਰੇ ਨਾਲ ਹੇਠ ਬੈਠ ਕੇ ਧਾਰਨੀ ਸਾਹਿਬ ਇਹ ਕਹਿੰਦੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਇੱਕ ਵੀ ਜੋਬ ਨਹੀਂ ਦਿੱਤਾ ਇਹ ਮੈਨੂੰ ਇੱਕ ਗੱਲ ਦੀ ਗਰੰਟੀ ਕਰਦੇ ਵੀ ਨਹੀਂ ਦਿੱਤਾ ਇੱਕ ਵੀ ਜੋਬ ਨਹੀਂ ਦਿੱਤਾ ਇਹ ਦੀ ਗਰੰਟੀ ਹੋਈ ਮੈਂ ਕਹਿੰਦਾ ਤੁਹਾਡਾ ਪਹਿਲਾ ਇਹ ਮਤਾ ਸੀ ਤੁਸੀਂ ਇਹ ਦੱਸੋ ਚਲੋ ਛੱਡੋ ਮੈਂ ਕਹਿੰਦਾ ਮੈਂ ਤੁਹਾਡੀ ਗੱਲ ਤੇ ਜਨਾਬ ਜੀ ਮੈਂ ਤੁਹਾਡੀ ਗੱਲ ਤੇ ਜਨਾਬ ਜੀ ਬੰਦੇ ਨੇ ਮੈਨੂੰ ਲੈਟ ਮੀ ਕੰਪਲੀਟ ਦੱਸ ਦਿਓ ਲੈਟ ਮੀ ਕੰਪਲੀਟ ਸੱਚਾਈ ਸਾਹਮਣੇ ਆ ਜੂਗੀ 2002 ਦੇ ਵਿੱਚ ਸਰਦਾਰ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਇੱਕ ਚਿੱਠੀ ਕੱਢਦੇ ਆ ਜਿਹਦੀ ਹਵਾਲਾ ਦੇ ਰਹੇ ਨੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਚਿੱਠੀ ਕੱਢਦੇ ਨੇ ਜਿਨ੍ਹਾਂ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੰਡਸਟਰੀ ਮਿਨਿਸਟਰ ਸੀ ਉਹ ਇਹ ਕੱਢਦੇ ਆ ਵੀ ਸਰਕਾਰੀ ਨੌਕਰੀਆਂ ਬੰਦ ਕਰੋ ਉਹ ਚਿੱਠੀ ਦਾ ਹਵਾਲਾ ਦੇ ਕੇ ਗੱਲ ਕਰ ਰਹੇ ਨੇ ਦੂਜੀ ਗੱਲ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ 2003 ਦੇ ਵਿੱਚ ਚਾਰ ਪੈਨਸ਼ਨ ਬੰਦ ਹੋਈ ਹੈ ਅਟਲ ਬਿਹਾਰੀ ਵਾਜਪਾਈ ਜੀ ਉਹ ਪੈਨਸ਼ਨ ਬੰਦ ਕਰਦੇ ਆ ਸਰਕਾਰੀ ਮੁਲਾਜ਼ਮਾਂ ਦੀ ਜਿਹਦੇ ਵਿੱਚ ਕਿ ਇਹਨਾਂ ਦੇ ਸ਼੍ਰੀ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੰਤਰੀ ਸੀਗੇ ਔਰ ਤੀਜੀ ਗੱਲ ਜਿਹੜੀ ਇਹ ਮੈਂ ਗੱਲ ਕਹਿੰਦੇ ਨਾ ਮੈਂ ਕਹਿਣਾ ਵੀ ਮੈਂ ਤੁਹਾਨੂੰ ਔਨ ਰਿਕਾਰਡ ਦੱਸਦਾ ਮੈਂ ਤੁਹਾਨੂੰ ਇਹਦਾ ਗਿਣਤੀ ਨਹੀਂ ਦੱਸ ਸਕਦਾ ਮੈਕਸੀਮਮ ਭਰਤੀ ਕੀਤੀ ਆ ਪੁਲਿਸ 'ਚ ਵੀ ਹੋਏ ਹੋਰ ਵੀ ਹੋਏ ਆ ਔਰ ਦੂਜੀ ਗੱਲ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਇਹ ਭਰਤੀਆਂ ਕਰਕੇ ਗਏ ਸੀ ਰਵੀ ਸਿੱਧੂ ਦੇ ਥਰੂ ਉਹਨਾਂ ਨੂੰ ਔਰ ਰਵੀ ਸਿੱਧੂ ਦੀਆਂ ਭਰਤੀਆਂ ਡੰਡਾ ਦਿੱਤਾ ਅੰਦਰ ਦਿੱਤਾ ਉਹਨੂੰ ਸਜ਼ਾ ਵੀ ਕਰਾਈ ਇਸ ਕਰਕੇ ਦੇਖੋ ਜਵਾਬ ਦੀ ਤਾਂ ਤੁਹਾਡੀ ਬਣਦੀ ਹੈ ਜਵਾਬ ਦੀ ਇਸ ਕਰਕੇ ਬਣਦੀ ਜਦੋਂ ਤੁਸੀਂ ਬਾਹਰ ਚਲੇ ਜਾਓਗੇ ਤੁਸੀਂ ਵੀ ਜਵਾਬ ਦੀ ਲਵੋਗੇ ਪਹਿਲੀ ਗੱਲ ਤਾਂ ਹੈਗੀ ਹੈ ਵੀ ਕਿ ਜਿਹੜੇ ਫੋਕਲ ਪੁਆਇੰਟ ਸੀ ਪੰਜਾਬ ਦੇ ਤੁਸੀਂ ਨਿੱਜੀ ਖੇਤਰ ਦੀ ਗੱਲ ਕੀਤੀ ਹੈ ਬਿਲਕੁਲ ਕਿ 4 ਲੱਖ ਦੇ ਕਰੀਬ ਜਿਹੜਾ ਹੈਗਾ ਨੌਕਰੀਆਂ ਸੀ ਨਿੱਜੀ ਖੇਤਰ ਦੇ ਵੀ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਇਹ ਵਿਧਾਨ ਸਭਾ 'ਚ ਵੀ ਅੰਕੜੇ ਪੇਸ਼ ਕੀਤੇ ਗਏ ਆ ਔਰ ਜਿਹੜੇ ਤੁਹਾਡੇ ਫੋਕਲ ਪੁਆਇੰਟ ਆ ਜਿਹੜੇ ਬੰਦ ਹੋਏ ਸੀ ਔਰ ਕਿਹਨਾਂ ਕਾਰਨਾਂ ਕਰਕੇ ਹੋਏ ਕਿਹਨਾਂ ਕਾਰਨਾਂ ਕਰਕੇ ਨਹੀਂ ਹੋਏ ਉਹ ਸਾਰੇ ਜਾਣਦੇ ਆ ਜੇ ਅਸੀਂ ਉਹਦੇ 'ਚ ਵਿਸਥਾਰ 'ਚ ਨਾ ਜਾਈਏ ਤਾਂ ਠੀਕ ਆ ਲੇਕਿਨ ਉਹਨਾਂ ਨੂੰ ਦੁਬਾਰਾ ਜੇ ਅਸੀਂ ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀਏ ਅਸੀਂ ਗੋਬਿੰਦਵਾਲ ਦੀ ਗੱਲ ਕਰੀਏ ਅਸੀਂ ਛੋਟੇ ਛੋਟੇ ਜਿਹੜੇ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਜਿਹੜੇ ਫੋਕਲ ਪੁਆਇੰਟ ਬਣਾਏ ਸੀ ਉਹਨਾਂ ਦੀ ਗੱਲ ਕਰੀਏ ਤਾਂ ਉੱਧਰਲੇ ਪਾਸੇ ਤੁਹਾਡੀ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਗਿਆ ਬਲਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹਨਾਂ ਦਿਨਾਂ ਵਿੱਚ ਇਹ ਫੈਸਲਾ ਕੀਤਾ ਕਿ ਜਿਹੜੀਆਂ ਉੱਥੇ ਸ਼ਾਮਲਾ ਦੇ ਜ਼ਮੀਨਾਂ ਪਈਆਂ ਪਿੰਡਾਂ ਦੇ ਵਿੱਚ ਵੀ ਅਸੀਂ ਉਹਨਾਂ ਦੇ ਉੱਤੇ ਜਿਹੜਾ ਨਿੱਜੀ ਖੇਤਰ ਨੂੰ ਅਸੀਂ ਉਤਸ਼ਾਹਿਤ ਕਰਕੇ ਉੱਤੇ ਲੈ ਕੇ ਆਵਾਂਗੇ ਜਿਹੜੇ ਤੁਹਾਡੇ ਉਹ ਫੋਕਲ ਪੁਆਇੰਟ ਸੀ ਜਿਹੜੇ ਤੁਹਾਡੇ ਮੰਡੀਆਂ ਦੇ ਜਿਹੜੇ ਇੰਨੇ ਵੱਡੇ ਯੂਨਿਟ ਸੀ ਉਹ ਤੁਸੀਂ ਬਰਬਾਦ ਕਰਕੇ ਇੱਕ ਨਵਾਂ ਜਿਹੜਾ ਸਿਲਸਿਲਾ ਛੇੜਨ ਜਾ ਰਹੇ ਹੋ ਇਹ ਇਹਦੇ 'ਚ ਤੁਹਾਨੂੰ ਤੁਹਾਨੂੰ ਕਿਹਨੇ ਸਲਾਹ ਦਿੱਤੀ ਹੈ ਕਿ ਤੁਸੀਂ ਉਹ ਪੁਰਾਣੇ ਨਾ ਚਲਾਓ ਅਤੇ ਨਵੇਂ ਜਿਹੜੇ ਹੈਗੇ ਆ ਸ਼ਾਮਲਾ ਦੇ ਜ਼ਮੀਨਾਂ ਨੂੰ ਤੁਸੀਂ ਕਬਜ਼ੇ 'ਚ ਲੈ ਕੇ ਆਹ ਕੰਮ ਕਰੋ ਦੇਖੋ ਪਹਿਲੀ ਗੱਲ ਤਾਂ ਕੋਈ ਅੱਜ ਤੱਕ ਮੇਰੇ ਖਿਆਲ ਦੇ ਵਿੱਚ ਨਾ ਇਹ ਵੀ ਬੜਾ ਹੌਈ ਦੋਹ ਕੰਮ ਚਾਹਿਆ ਤੁਸੀਂ ਵੀ ਜਿਹੜੀ ਗੱਲ ਇਹ ਕਰ ਰਹੇ ਹੋ ਉਹ ਇਹ ਸੀਗਾ ਵੀ ਜਿਹੜਾ ਕੋਈ ਪਿੰਡ ਦੀ ਪੰਚਾਇਤ ਦੇਣੀ ਚਾਹੁੰਦੀ ਹੈ ਉਹ ਉੱਥੇ ਇੰਡਸਟਰੀ ਲਗਵਾਉਣੀ ਚਾਹੁੰਦੀ ਹੈ ਉਹ ਉਹਦੀ ਕੰਸੈਂਟ ਤੋਂ ਬਿਨਾਂ ਸਵਾਲ ਫੋਕਲ ਪੁਆਇੰਟ ਜਿਹੜੇ ਹੈ ਮੈਂ ਫੋਕਲ ਪੁਆਇੰਟ ਦੀ ਗੱਲ ਤੇ ਆ ਰਿਹਾ ਨਾ ਫੋਕਲ ਪੁਆਇੰਟਾਂ ਨੂੰ ਇਸ ਬਜਟ ਦੇ ਵਿੱਚ ਦੇਖ ਲਓ ਉਹਨਾਂ ਨੂੰ ਪੈਸਾ ਦਿੱਤਾ ਫੋਕਲ ਪੁਆਇੰਟਾਂ ਨੂੰ ਜਿਹਨਾਂ ਨੂੰ ਕਿ ਜਿਹੜੇ ਕਿ ਵਿਚਾਰੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਆਪਣੀ ਮੌਤ ਮਰ ਰਹੇ ਸੀ ਉਹਨਾਂ ਨੂੰ ਐਤਕੀ ਪੈਸਾ ਦਿੱਤਾ ਵੀ ਉਹਨਾਂ ਨੂੰ ਰਿਵਾਈਵ ਕੀਤਾ ਜਾਵੇ ਤੀਜੀ ਗੱਲ ਮੈਂ ਜਿਹੜੇ ਧਾਰਨੀ ਸਾਹਿਬ ਬੜੇ ਵੱਡੇ ਪਹਿਲਾਂ ਸੋਹਲੇ ਗਾ ਕੇ ਗਏ ਨੇ ਨਾ ਮੈਂ ਇੱਕੋ ਗੱਲ ਹੀ ਪੁੱਛਣਾ ਇਹਨਾਂ ਨੇ ਜਿਹੜੀ ਇਹ ਤਿੰਨ ਇਹ ਕਹਿੰਦੇ ਹੁੰਦੇ ਵੱਡੇ ਅਸੀਂ ਪਾਵਰ ਪਲਾਂਟ ਲਿਆਏ ਰਾਜਪੁਰਾ ਜਿਹਨੂੰ ਕਿ ਨਾਭਾ ਪਾਵਰ ਪਲਾਂਟ ਕਹਿੰਦੇ ਆ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਮੈਨੂੰ ਇਹ ਦੱਸ ਦੇਣ ਵੀ ਉਹਨਾਂ 'ਚ ਕਿੰਨੇ ਬੰਦਿਆਂ ਨੂੰ ਨੌਕਰੀ ਮਿਲੀ ਆ ਲੋਕਲ ਬੰਦਿਆਂ ਨੂੰ ਕਿੰਨੇ ਬੰਦਿਆਂ ਨੂੰ ਲੋਕਲ ਬੰਦਿਆਂ ਨੂੰ ਨੌਕਰੀ ਮਿਲੀ ਆ ਇਸ ਕਰਕੇ ਜਿਹੜੀ MSME ਦੀ ਤੁਸੀਂ ਗੱਲ ਕੀਤੀ ਹੈ ਸਮਾਲ ਸਕੇਲ ਇੰਡਸਟਰੀ ਦੀ ਗੱਲ ਕੀਤੀ ਉਹ ਤਾਂ ਅਸੀਂ ਹੁਣ ਇਸ ਗੱਲ ਨੂੰ ਲੈ ਕੇ ਆਏ ਹਾਂ ਤਾਇਆ ਕੀਤਾ ਵੀ ਸਾਨੂੰ ਵੀ ਪਤਾ ਇਹ ਚਾਹੇ ਹੁਣ ਉਹਦੇ ਕੱਲ ਜੋ ਮਰਜ਼ੀ ਕਹੀ ਜਾਣ ਵੱਡੀ ਇੰਡਸਟਰੀ ਨੇ ਨਹੀਂ ਲੋਕਲ ਬੰਦਿਆਂ ਨੂੰ ਰੁਜ਼ਗਾਰ ਦੇਣਾ ਜੇ ਰੁਜ਼ਗਾਰ ਮਿਲਣਾ ਤਾਂ MSME 'ਚ ਹੀ ਮਿਲਣਾ ਛੋਟੀ ਸਵੈ ਰੁਜ਼ਗਾਰ ਦੀ ਗੱਲ ਕਰਦੇ ਹਾਂ ਅਸੀਂ ਤੁਸੀਂ ਜਲੰਧਰ ਤਬਾਹ ਕਰਤਾ ਦੋਨਾਂ ਸਰਕਾਰਾਂ ਨੇ ਤੁਸੀਂ ਲੁਧਿਆਣਾ ਤਬਾਹ ਕਰਤਾ ਜਿਹੜਾ ਕਿ ਕਿਸੇ ਸਮੇਂ ਜਿਹੜਾ ਵਿਦੇਸ਼ਾਂ ਦੇ ਨਾਲ ਵੀ ਸਿੱਧਾ ਵਪਾਰ ਉਹਨਾਂ ਦਾ ਸ਼ੁਰੂ ਹੋ ਗਿਆ ਸੀ ਔਰ ਧਾਰਨੀ ਸਾਹਿਬ ਤੁਸੀਂ ਵੀ ਜ਼ਿੰਮੇਵਾਰ ਹੈ ਤੁਸੀਂ ਉਂਗਲ ਚੱਕੀ ਹੈ ਤੁਸੀਂ ਆਪ ਜਵਾਬ ਦਿਓ ਹਾਂ ਜਵਾਬ ਦਊਂਗਾ ਤੁਹਾਡੀ ਸਰਕਾਰ ਜ਼ਿੰਮੇਵਾਰ ਹੈ ਆਪ ਤੇ ਇਸ ਕਰਕੇ ਮੈਂ ਜਵਾਬ ਦਊਂਗਾ ਅੱਜ ਜਿਹੜੀ ਗੱਲ ਫਿਰ ਪਤਾ ਕੀ ਹੈਗਾ ਮੈਂ ਉਹੀ ਗੱਲ ਕਹਿਣਾ ਮੈਂ ਫਿਰ ਤੱਥਾਂ ਤੋਂ ਪਰੇ ਗੱਲ ਕਰਦਾ ਵੀ ਜੇ ਇਹਨਾਂ ਨੂੰ ਨਾ ਇੱਕ ਜਦੋਂ ਸੂਟ ਕਰਦਾ ਉਹੀ ਗੱਲ ਕਰਦਾ 1.5 ਸਾਲ ਇਹ ਇਹਨਾਂ ਨੇ ਹੁਣ ਬਰਗਾੜੀ ਛੇੜਿਆ ਸੀ ਇਹਨਾਂ ਨੇ ਹਾਈ ਸੁਪਰੀਮ ਕੋਰਟ ਦਾ CBI ਦਾ ਫੈਸਲਾ ਛੇੜ ਲਿਆ ਚਲੋ ਮੈਂ ਵੀ ਛੇੜ ਲੈਣਾ ਉਹ ਇਹ ਜਿਹੜਾ ਸੀਗਾ CBI ਦਾ ਫੈਸਲਾ CBI ਨੂੰ ਅਪੀਲਾਂ ਕੋਈ ਪਾਉਣ ਦੀ ਲੋੜ ਪੈ ਗਈ ਜੇ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਆਈ ਤਾਂ ਜੇ CBI ਦੇ ਖਿਲਾਫ਼ ਕੋਈ ਫੈਸਲਾ ਹੀ ਨਹੀਂ ਆਇਆ ਜਿਵੇਂ ਇਹ ਕਹਿੰਦੇ ਆ ਝੂਠ ਬੋਲ ਰਹੇ ਹਾਂ ਅਸੀਂ ਤਾਂ ਝੂਠ ਸ਼ਬਦ ਬਹੁਤ ਵੱਧਿਆ ਮੈਂ ਤਾਂ ਫਿਰ ਵੀ ਇਹਨਾਂ ਨੂੰ ਤੱਥਾਂ ਤੋਂ ਪਰੇ ਕਹਿਣਾ ਮੁੱਦੇ ਨੂੰ ਵਾਰ ਵਾਰ ਉੱਧਰ ਕਿਉਂ ਲੈ ਕੇ ਜਾਣਾ ਦੂਜੀ ਗੱਲ ਇਹ ਪ੍ਰੈਸ ਕਾਨਫਰੰਸ ਕਰਾਉਂਦੇ ਇੱਕ ਬੀਬੀ ਤੋਂ ਗਵਾਹ ਤੋਂ ਜਿਹਦਾ ਕਿ ਘਰ ਵਾਲੇ ਦੀ ਵਿਚਾਰੇ ਦੀ ਡੈਥ ਹੋ ਗਈ ਛੱਡੋ
ਮੇਰੀ ਗੱਲ ਤਾਂ ਸੁਣੋ ਨਾ, ਮੇਰਾ ਮੁੱਦਾ ਜੇ ਕਹਿ ਰਹੀ ਆ, ਬੈਠ ਕੇ ਕਹਿ ਰਹੀ ਆ ਵੀ 10-10 ਕਰੋੜ ਰੁਪਈਆ ਸੁਖਬੀਰ ਬਾਦਲ ਤੋਂ ਡੈਡ ਬੋਡੀਆਂ ਨਾਲ ਦਿੱਤਾ, ਉਹ ਬੈਠ ਕੇ ਕਹਿ ਰਹੀ ਆ 10-10 ਕਰੋੜ ਰੁਪਈਆ ਤੁਸੀਂ ਇਸ ਕਰਕੇ ਜਦੋਂ ਤੱਕ ਇਹਨਾਂ ਦੇ ਫਿਗਰਾਂ ਦੀ ਗੱਲ ਹੈ, ਮੇਰੀ ਮੇਰੇ 2017-18 ਦੀ ਝੂਠ ਬੋਲਣ ਤੇ ਗੱਲ ਕਰ ਰਹੇ ਆ, 2017-18 ਦੀ ਮੇਰਾ ਝੂਠ ਬੋਲਣ ਤੋਂ ਗੱਲ ਹੈਗੀ, ਔਰ ਸੈਂਪਲ 6000 ਬੰਦੇ ਮੈਂ ਚਾਹੁੰਦਾ ਸੀ, ਇਹ ਜਿਹੜੀ ਗੱਲ ਹੈ ਅਸੀਂ ਤਾਂ ਇਹਦੇ ਤੇ ਕੁਝ ਕਰਦੇ ਆ, 6000 ਬੰਦੇ ਦਾ ਸੈਂਪਲ ਹੈ ਸਾਰਾ ਇਹ, ਤੇ 2017-18 ਦੀ ਰਿਪੋਰਟ ਹੈ, 17 ਦੇ ਵਿੱਚ ਅਸੀਂ ਸਰਕਾਰ 'ਚ ਆਇਆ, ਸਾਡਾ ਬੜਾ ਥੋੜ੍ਹਾ ਸਮਾਂ ਸੀ ਉਹਦੇ ਵਿੱਚ, ਜਿਹੜੀ ਰਿਫਲੈਕਸ਼ਨ ਹੈ ਇਸ 'ਤੇ ਜਿਹੜੀ ਪੈ ਰਹੀ ਇਸ ਰਿਪੋਰਟ 'ਤੇ, ਉਹ ਇਹਨਾਂ ਦੀ ਸਰਕਾਰ ਦੀ ਜਾਂਚ, ਤੁਸੀਂ ਇੱਕ ਸਾਲ ਦੀ ਅੰਕੜਿਆਂ ਦੇ ਉੱਤੇ ਤੁਸੀਂ ਜ਼ਿਆਦਾ ਰੌਲਾ ਪਾ ਰਹੇ ਹੋ, ਤੁਹਾਡੇ ਜਿਹੜਾ ਆਪਣਾ ਉਹਦੇ ਵਿੱਚ 2 ਸਾਲ ਜਿਹੜੇ ਹੈਗੇ ਆ ਉਹਨੂੰ ਤੁਸੀਂ ਲੈ ਨਹੀਂ ਰਹੇ, ਇਹ ਕੀ ਚੱਕਰ ਹੈਗਾ? ਮੇਰੀ ਬੇਨਤੀ ਸੁਣ ਲਿਓ ਹੁਣ, ਪਿਛਲੇ ਟਾਈਮ ਦੇ ਵਿੱਚ ਜਿਹੜੇ ਅਨਇੰਪਲਾਇਮੈਂਟ ਕੇਂਦਰ ਬਣੇ ਹੋਏ ਆ ਡਿਸਟ੍ਰਿਕਟ ਹੈੱਡਕੁਆਰਟਰ ਲੈਵਲ 'ਤੇ, ਉਹਦੇ ਵਿੱਚ 2,69,000 ਐਪਲੀਕੇਸ਼ਨ ਆਈ ਹੈ 10ਵੀਂ ਕਲਾਸ ਤੋਂ ਉੱਪਰ ਵਾਲਿਆਂ ਦੀ ਇਹਨਾਂ ਦੇ ਟਾਈਮ ਦੇ ਵਿੱਚ, ਔਰ ਜਿਹਦੇ ਵਿੱਚ 91% ਸਕਿਲਡ ਲੋਕ ਹੈਗੇ ਆ, ਸਕਿਲਡ ਲੋਕ ਹੈਗੇ ਆ, ਇਹ ਦੱਸ ਦੇਣ ਚਲੋ ਬੈਠੇ ਆ, ਇੱਕ ਮਿੰਟ ਮੇਰੀ ਬੇਨਤੀ ਤਾਂ ਸੁਣ ਲਓ, ਮੈਂ ਇਹਨਾਂ ਦੇ ਝੂਠ ਦੀਆਂ ਗੱਲਾਂ ਦੱਸਦਾ, ਮੈਂ ਕਈ ਕਾਲਜਾਂ ਦੇ ਨਾਲ ਜੁੜਿਆ ਰਿਹਾ, ਹਰ ਕਾਲਜ ਆਪਣੀ ਜਿਹੜਾ ਹੈਗਾ ਉਹਨੂੰ ਚੱਕਣ ਵਾਸਤੇ ਇੰਪਲਾਇਮੈਂਟ ਮੇਲੇ ਲਾਉਂਦਾ ਹੈਗਾ, ਇਹਨਾਂ ਨੇ ਜਾ ਕੇ ਸਮਕਾ ਹੋਰ ਖਰਚਾ ਉਹਨਾਂ ਦਾ ਕਰਾਉਣਾ ਸ਼ੁਰੂ ਕਰਤਾ, ਜਾ ਕੇ ਉੱਥੇ ਮੰਤਰੀ ਜੀ ਬਹਿਣੇ ਸ਼ੁਰੂ ਹੋ ਗਏ, ਮੈਨੂੰ ਇੰਪਲਾਇਮੈਂਟ ਮੇਲਿਆਂ ਦੇ ਵਿੱਚ ਇੱਕ ਭਰਤੀ ਉਹ ਦਿਖਾ ਦੇਣ ਵੀ ਇਹਨਾਂ ਨੇ ਇਹਨਾਂ ਦੇ ਜਿਹੜਾ ਹੈਗਾ ਉਹਦਾ ਸਦਕਾ ਕੋਈ ਇਹਨਾਂ ਨੇ ਕੰਪਨੀ ਸਾਹਿਬ, ਮੈਂ ਮੁਆਫੀ ਚਾਹੂੰਗਾ, ਪਰ ਮੈਨੂੰ ਇਹ ਦੱਸੋ ਵੀ ਕਿਹੜਾ ਕਾਲਜ ਹੈਗਾ ਜਿਹਦੇ ਵਿੱਚ ਕਿਸੇ ਮੰਤਰੀ ਦਾ ਹਿੱਸਾ ਨਾ ਹੋਵੇ ਅਤੇ ਉਹਨਾਂ ਦੇ ਕੱਲਾਂ ਦਾ ਹੋਵੇ, ਮੈਨੇਜਮੈਂਟ ਮਾਰ ਰਹੀ ਹੋਵੇ, ਦੱਸੋ। ਦੇਖੋ ਚਲੋ ਇਹ ਤੁਹਾਡੀਆਂ ਗੱਲਾਂ ਬਿਲਕੁਲ ਸਹਿਮਤ ਹੈਗਾ ਜੀ, ਪਰ ਪਹਿਲਾਂ ਵੀ ਇਹ ਸਾਰਾ ਕੁਛ ਹੋ ਰਿਹਾ ਸੀ, ਪਹਿਲਾਂ ਵੀ ਇਹ ਸਾਰਾ ਕੁਛ ਹੋ ਰਿਹਾ, ਪਹਿਲਾਂ ਦੀ ਗੱਲ ਹੀ ਕਰ ਰਿਹਾ ਮੈਂ ਜੀ, ਪਰ ਸਵਾਲ ਇਹ ਹੈਗਾ ਜੀ, ਜੇ ਤੁਸੀਂ ਤੱਥਾਂ ਨੂੰ ਝਠਲਾਓਗੇ, ਤੁਸੀਂ ਇੱਕ ਰਿਪੋਰਟ, ਇੱਕ ਜਿਹੜਾ ਹੈਗਾ ਨਿਰਪੱਖ ਨਿਊਜ਼ ਪੇਪਰ ਦੀ ਰਿਪੋਰਟ ਜੇ ਆ ਟੇਬਲ 'ਤੇ ਹੋਈ ਵੀ ਰਿਪੋਰਟ ਨੂੰ ਝਠਲਾਈ ਜਾਓਗੇ, ਹੋਰ ਗੱਲਾਂ ਕਰੀ ਜਾਓਗੇ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ। ਅੱਜ ਓਨਸ ਜਿਹੜਾ ਹੈਗਾ ਇਹਨਾਂ ਦੇ ਉੱਤੇ ਹੈਗਾ, ਇਹਨਾਂ ਨੂੰ ਜਿਹੜਾ ਹੈਗਾ ਹੁਣ ਅੱਗੇ ਦੇਖ ਲਓ ਕਿ ਨਿਊਜ਼ ਪੇਪਰ ਦੀ ਰਿਪੋਰਟ ਦੀ ਗੱਲ ਕਰਦੇ ਆ ਨਾ, ਮੈਂ ਇੱਕ ਨਿਊਜ਼ ਪੇਪਰ ਦੀ ਰਿਪੋਰਟ ਦੀ ਇਹਨਾਂ ਨੂੰ ਪੁੱਛ ਲੈਂਦਾ, ਮੈਂ ਤਾਂ ਵਾਰ ਵਾਰ ਉਸ ਗੱਲ 'ਤੇ ਦੁਹਰਾਇਆ ਨਹੀਂ, ਇਹ ਪਹਿਲਾਂ 5000 ਸਮਾਰਟ ਸਕੂਲਾਂ ਦੇ ਉੱਤੇ ਕਿੰਤੂ ਪਰੰਤੂ ਚੱਕੇ ਗਏ ਨੇ, ਹਿੰਦੁਸਤਾਨ ਟਾਈਮਸ ਦੀ ਅੱਜ ਤੋਂ 12 ਦਿਨ ਪਹਿਲਾਂ ਦਾ ਅਖਬਾਰ ਚੱਕ ਲੈਣ, ਉਹਨੇ ਰਿਪੋਰਟ ਦਿੱਤੀ ਆ ਸਮਾਰਟ ਸਕੂਲਾਂ ਦੇ ਉੱਤੇ, ਉਹਨੇ ਰਿਪੋਰਟ ਕੀਤੀ ਆ 73 'ਤੇ ਜਾ ਕੇ, 0 ਲੈਵਲ 'ਤੇ ਜਾ ਕੇ, ਔਰ ਉਹਨੇ ਉਹਦੇ ਹੱਕ 'ਚ ਲਿਖਿਆ, ਔਰ ਇਹ ਅੱਜ ਬੈਠ ਕੇ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਨੂੰ ਮੰਨਦੇ ਆ, ਲੋਕ ਹਿੰਦੁਸਤਾਨ ਦਾ ਅਖਬਾਰ, ਹਿੰਦੁਸਤਾਨ ਅਖਬਾਰ ਛੋਟਾ, ਤੁਸੀਂ ਗੱਲਾਂ ਕਰੀ ਜਾਂਦੇ ਹੋ ਯਾਰ, ਜਿਵੇਂ ਜਸ ਸਕੂਲ ਉਹ ਗੱਲ ਇਹ ਹੈ, ਲੋਕ ਚੁਟਕਲੇ ਬਣਾਉਂਦੇ ਆ, ਚੁਟਕਲੇ ਚੁਟਕਲੇ ਬਣਾਉਂਦੇ ਆ, ਤੁਸੀਂ ਖੁਦ ਚੁਟਕਲਾ, ਇਹਨਾਂ ਦੇ ਪ੍ਰਧਾਨ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਦੇ ਵਿੱਚ ਤਾਂ ਹਰ ਮਹੀਨੇ ਡੀਏ ਮਿਲਦਾ ਸੀ, ਕਹਿੰਦੇ ਹਰ ਜਿਹੜੇ ਡੀਏ ਅਨਾਉਂਸ ਕਰ ਦਿੰਦੇ ਸੀ, ਅਸੀਂ ਕਹਿੰਦੇ ਇਹਨਾਂ ਨੇ ਚੁਟਕਲਾ ਖੁਦ ਲਿਆ ਆਪਣੇ ਆਪ, ਇਹਨਾਂ ਨੇ ਬਾਤ ਕਰਿਆ ਤੇ ਕਿਹੜਾ ਬੜਾ ਚੁਟਕਲਾ ਬਾਤ ਕਰਦਾ, ਪਰ ਇਹ ਕਾ ਕਹਿੰਦੇ ਹਰ ਜਿਹੜੇ ਡੀਏ ਅਨਾਉਂਸ ਕਰ ਦਿੰਦੇ ਸੀ, ਕਹਿੰਦੇ ਜ਼ਮੀਨਾਂ ਖਾਣਾ ਤਾਂ ਕੁਝ ਨਹੀਂ ਕਰਨਾ ਇਹਨਾਂ ਨੇ, ਡੀਏ ਦਾ ਪੰਜਾਬ ਤੋਂ ਹੋਇਆ, ਜ਼ਮੀਨਾਂ ਤੋਂ ਬਿਨਾਂ ਕੋਈ ਮਤਲਬ ਨਹੀਂ ਇਹਨਾਂ ਦਾ, ਅਮਰਿੰਦਰ ਸਿੰਘ ਜੀ, ਅਮਰਿੰਦਰ ਸਿੰਘ ਜੀ, ਇਹ ਦੋਨੋਂ ਪਾਰਟੀਆਂ ਦਾਅਵੇ ਕਰ ਰਹੀਆਂ ਰੁਜ਼ਗਾਰ ਦੇਣ ਦੇ ਤੇ ਵੱਡੇ ਵੱਡੇ ਵਿੱਚ ਆ, ਨਹੀਂ ਨਹੀਂ ਸਾਡੇ ਤੇ ਤੁਸੀਂ ਕਰੋ ਨਾ, ਅਸੀਂ ਨਹੀਂ ਦੇ ਰਹੇ ਅੱਜ ਰੁਜ਼ਗਾਰ, ਰੁਜ਼ਗਾਰ ਦੇਣਾ ਉਹਨਾਂ ਇਹਨਾਂ ਦਾ ਹੈਗਾ, 10 ਸਾਲ ਤੁਸੀਂ ਆਪਣਾ ਸਰਕਾਰ ਦਿੱਤੀ ਹੈ, ਲੋਕ ਕਹਿੰਦੇ, ਲੋਕ ਹੈਰਾਨ ਹੋ ਜਾਂਦੇ ਇਹਨਾਂ ਦਾਅਵਿਆਂ 'ਤੇ, ਲੋਕ ਕਹਿੰਦੇ ਆ ਵੀ ਪਤਾ ਨਹੀਂ ਕਿਹਨੂੰ ਇਹਨਾਂ ਨੇ ਰੁਜ਼ਗਾਰ ਦੇ ਦਿੱਤਾ ਆ, ਅਕਾਲੀਆਂ ਨੇ ਵੀ, ਕਾਂਗਰਸ ਨੇ ਵੀ, ਲੋਕ ਸੁਣ ਸੁਣ ਕੇ ਹੈਰਾਨ ਹੋਈ ਜਾਂਦੇ ਆ, ਜ਼ਰਾ ਚਾਨਣਾ ਪਾ ਲਓ, ਲੋਕਾਂ ਨੂੰ ਦੱਸੋ ਵੀ ਕੀ ਹੋਇਆ ਕੀ ਹੈ। ਅਮਰਿੰਦਰ ਸਿੰਘ ਜੀ, ਦੇਖੋ ਮਦਨਦੀਪ ਜੀ, ਪੰਜਾਬ ਦੀ ਜਿਹੜੀ ਤ੍ਰਾਸਦੀ ਹੈ ਉਹ ਇਹੀ ਹੈ ਜੋ ਅਸੀਂ ਇੱਥੇ ਦੇਖ ਰਹੇ ਹਾਂ ਕਿ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਲਾਈ ਜਾਓ ਅਤੇ ਕੰਮ ਕੁਛ ਕਰੋ ਨਾ, ਇਹ ਨਹੀਂ ਹੈ ਕਿ ਵੀ ਇਹ ਜਿਹੜਾ ਪੰਜਾਬ ਦਾ ਜਿਹੜਾ ਮਤਲਬ ਡੈਸਪਰੇਸ਼ਨ ਹੈਗੀ ਹੈ, ਜੋ ਬੁਰਾ ਹਾਲ ਆ, ਉਹ ਇਹ 3 ਸਾਲਾਂ 'ਚ ਹੀ ਹੋਇਆ, ਇਹ ਪਿਛਲੇ ਲੰਬੇ ਸਮੇਂ ਤੋਂ ਇਹ ਲੜੀਵਾਰ ਚੱਲਿਆ ਆ ਰਿਹਾ ਅਤੇ ਹੁਣ ਵੀ ਉਹਦੇ ਵਿੱਚ ਥੋੜ੍ਹਾ ਵਾਧਾ ਦੇਖਣ ਨੂੰ ਮਿਲ ਰਿਹਾ, ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਪਹਿਲਾਂ ਬੜਾ ਜਿਵੇਂ ਧਰਨੀ ਸਾਹਿਬ ਕਹਿੰਦੇ ਕਿ ਸਾਡੇ ਟਾਈਮ ਬੜਾ ਰਾਮਰਾਜ ਸੀਗਾ ਅਤੇ ਹੁਣ ਜਿਹੜਾ ਕਲਯੁੱਗ ਆ ਗਿਆ, ਉਦੋਂ ਵੀ ਇਹੀ ਕੁਛ ਸੀਗਾ, ਉਦੋਂ ਵੀ ਲੋਕ ਜਿਹੜੇ ਆ ਤਰਾਈ ਤਰਾਈ ਹੋ ਰਹੀ ਸੀ, ਤਾਂ ਹੀ ਇਹਨਾਂ ਨੂੰ ਗਵਰਨਮੈਂਟ ਮਤਲਬ ਉਹਨਾਂ ਨੇ ਲੋਕਾਂ ਨੇ ਮੱਥਾ ਟੇਕਿਆ ਕਿ ਜੀ ਅਸੀਂ ਹੁਣ ਬਹੁਤ ਹੋ ਗਿਆ, ਹੁਣ ਅਸੀਂ ਦੂਸਰੇ ਨੂੰ ਮੌਕਾ ਦਈਏ। ਹਕੀਕਤ ਇਹ ਹੈ ਕਿ ਬਈ ਇਹਨਾਂ ਦੇ ਕੋਲ ਪੰਜਾਬ ਲਈ ਕੋਈ ਪਲਾਨ ਹੀ ਨਹੀਂ ਹੈ, ਕੋਈ ਰੋਡ ਮੈਪ ਹੀ ਨਹੀਂ ਹੈ ਕਿ ਅਸੀਂ ਪੰਜਾਬ ਦੇ ਯੂਥ ਨੂੰ ਰੋਟੀ ਜੋਗਾ ਕਿਵੇਂ ਕਰਨਾ, ਉਹਨੂੰ ਅਸੀਂ ਪੈਰਾਂ ਸਿਰ ਕਿਵੇਂ ਕਰਨਾ, ਉਹਦਾ ਮਾਣ ਤਾਣ ਕਿਵੇਂ ਬਹਾਲ ਕਰਨਾ, ਇਸ ਲਈ ਇਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੈ। ਅਤੇ ਇਹ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈ ਕਿ ਆਪਸੀ ਖਿੱਚਾਤਾਣੀ ਚਿੱਕੜ ਸਿੱਟਣ ਦੀ ਥਾਂ 'ਤੇ ਇਹ ਉੱਧਰ ਕੰਸਨਟ੍ਰੇਟ ਕਰਨ, ਤਾਂ ਕਿ ਲੋਕਾਂ ਨੂੰ ਥੋੜ੍ਹਾ ਸੁੱਖ ਦਾ ਸਾਹ ਮਿਲੇ। ਲੋਕ ਬਿਲਕੁਲ ਇਹਨਾਂ ਤੋਂ ਮਤਲਬ ਅੱਕੇ ਪਏ ਆ ਸਭ ਤੋਂ, ਕਿ ਉਹਨਾਂ ਨੂੰ ਮਤਲਬ ਸਮਝ ਨਹੀਂ ਲੱਗ ਰਹੀ ਕਿ ਅਸੀਂ ਜਾਈਏ ਤਾਂ ਜਾਈਏ ਕਿੱਥੇ, ਕੋਈ ਰਸਤਾ ਹੀ ਨਹੀਂ ਦਿਖ ਰਿਹਾ, ਐਸੇ ਹਾਲਾਤ ਦੇ ਵਿੱਚ ਪੰਜਾਬ ਨਿਕਲ ਰਿਹਾ।
ਆਪਣੀ ਗੱਡੀ ਆਪਣਾ ਰੋਜ਼ਗਾਰ 54,513 ਉਹ ਉਬਰ ਵਾਲਿਆਂ ਲੋਕਾਂ ਨੇ ਮਰਦਿਆਂ ਨੇ ਗਰੀਬਾਂ ਨੇ ਉਬਰ ਦੇ ਨਾਲ ਗੱਡੀਆਂ ਪਾਈਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਹੈਗੀਆਂ ਉਹਨਾਂ ਦੇ ਨਾਲ ਗੱਡੀਆਂ ਪਾਈਆਂ ਇਹਨਾਂ ਨੇ ਕੀ ਕਰਤਾ ਇਹਨਾਂ ਨੇ ਕਿਉਂ ਜਾ ਗੱਡੀਆਂ ਨੂੰ ਫਾਈਨਾਂਸ ਕੀਤਾ ਅਸੀਂ ਉਹਨਾਂ ਨੂੰ ਘੱਟ ਰੋਜ਼ਗਾਰ ਸਾਰੇ ਰਿਪੋਰਟਾਂ ਵਿੱਚ ਝੂਠ ਬੋਲ ਰਹੇ ਹੈਗੇ ਸਾਰੇ ਰਿਪੋਰਟਾਂ ਵਿੱਚ ਝੂਠ ਬੋਲ ਰਹੇ ਹੈਗੇ ਮੈਂ ਤਾਂ ਫੇਰ ਕਿ ਸ਼ਬਦ ਝੂਠ ਨਹੀਂ ਵਰਤਣਾ ਕਿਉਂਕਿ ਤੁਹਾਡੇ ਕੋਲੇ ਉਹ ਤੁਸੀਂ ਹੈ ਇੰਤਕਾਬ ਝੂਠ ਤੁਸੀਂ ਪੇਟੈਂਟ ਕਰਾਉਂਦੇ ਹੋ ਤੁਸੀਂ ਗੱਲਾਂ ਤੱਥਾਂ ਤੋਂ ਪਰੇ ਕਰਦੇ ਹੋ ਔਰ ਕਿਤੇ ਆਹਦੀਆਂ ਗੱਲਾਂ ਦੀ ਜਾਂਚ ਫੜ ਜਾਣਾ ਕਦੇ ਕਹਿੰਦੇ ਹੋ ਕਦੇ ਕਦੇ ਕਿਤੇ ਕਹਿ ਦਿੰਦੇ ਹੋ ਕਿਤੇ ਕਹਿ ਦਿੰਦੇ ਹੋ ਵੀ ਆਹਦੀ ਬਰਗਾੜੀ ਕਾਂਡ ਕੇ 10 ਕਰੋੜ ਰੁਪਇਆ ਆ ਵੀ ਇਹਨਾਂ ਦੇ ਉੱਤੇ ਕਹਿ ਕੇ ਪ੍ਰੈਸ ਕਰ ਰਹੇ ਬੀਬੀ 10 ਕਰੋੜ ਰੁਪਇਆ ਦਿੱਤਾ ਜਾਂਦਾ ਅਖੀਰ ਕਿ ਵੀ ਆਪਣੀ ਪੜਾਸ ਕੱਢ ਲਈਏ ਕਿਰਪਾ ਕਰਕੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਪਤਾ ਨਹੀਂ ਹੁਣ ਲੋਕਾਂ ਨੂੰ ਸਾਡੀ ਗੱਲ ਦੀ ਸਮਝ ਆਈ ਕਿ ਨਹੀਂ ਆਈ ਲੋਕ ਸ਼ਾਇਦ ਬਾਅਦ 'ਚ ਤਾਂ ਭੁੱਲ ਹੀ ਗਏ ਹੁਣ ਇਹ ਮੁੱਦਾ ਕੀ ਸੀ ਮੁੱਦਾ ਤੁਹਾਡੇ ਸਾਹਮਣੇ ਅਸੀਂ ਰੱਖਿਆ ਯਾਦ ਕਰ ਲਓ ਅਸੀਂ ਕੀ ਗੱਲਾਂ ਕੀਤੀਆਂ ਸਾਰਾ ਦੁਬਾਰਾ ਸੁਣੋਗੇ ਪ੍ਰੋਗਰਾਮ ਤਾਂ ਪਤਾ ਲੱਗ ਜਾਊਗਾ ਸੋ ਬਹੁਤ ਮਿਹਰਬਾਨੀ ਤੁਹਾਡੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ